ਗਾਈਸ ਫਾਈਨਲੀ ਆਪਾਂ ਪਹੁੰਚ ਗਏ। ਦੇਖੋ ਜੀ ਸ਼੍ਰੀ ਬਾਬਾ ਕੋਟੇਸ਼ਵਰ ਮੰਦਿਰ, ਕਰੋ ਦਰਸ਼ਨ ਭੋਲੇਨਾਥ ਜੀ ਦੇ। ਕਿੱਡੀ ਵੱਡੀ ਪ੍ਰਤਿਮਾ ਲੱਗੀ ਹੋਈ ਹੈ, ਨਜ਼ਾਰੇਦਾਰ। ਗਾਈਸ ਟਾਈਮ ਹੋ ਚੁੱਕਿਆ ਜੀ ਆਪਣਾ, 5 ਵੱਜ ਚੁੱਕੇ ਨੇ ਤੇ ਆਪਾਂ ਹੁਣ ਚੱਲੇ ਹਾਂ ਸਾਰੇ ਜਾਣੇ ਅੱਜ ਕੋਟੇਸ਼ਵਰ ਮੰਦਿਰ। ਯਾ ਹਨਾ, ਕਿੰਨੇ ਕਿਲੋਮੀਟਰ ਇੱਥੋਂ? ਵੀ ਅੱਛਾ 2.5 ਕਿਲੋਮੀਟਰ ਦੂਰ ਇੱਥੋਂ ਮੰਦਿਰ ਹੈ ਜੀ, 15 ਮਿੰਟ ਦਾ ਰਾਹ ਹੈ। ਰੈਡੀ ਹੋਈ ਜਾਂਦੇ ਸਾਰੇ ਜਾਣੇ? ਆਪਾਂ ਤਾਂ ਰੈਡੀ ਹੋ ਚੁੱਕੇ ਹਾਂ, ਮੰਮੀ ਵੀ ਰੈਡੀ ਹੋ ਚੁੱਕੇ ਆ, ਵੀਰ ਜੀ ਵੀ ਰੈਡੀ ਹੋ ਚੁੱਕੇ ਆ, ਵਿਸ਼ਨੂੰ ਵੀ ਰੈਡੀ ਹੋ ਚੁੱਕੇ ਆ। ਰੈਡੀ ਹੋ ਗਏ? ਰੈਡੀ ਹੋ ਚੁੱਕੇ ਆ। ਗੁੱਗੂ ਰੈਡੀ ਹੋ ਗਈ? ਰਾਖੀ ਵੀ ਰੈਡੀ ਹੋ ਰਹੀ ਹੈ ਬਾਈ, ਬੁੰਦਲੀ ਫਿਰਦੀ ਹੈ, ਛੱਪਣ ਲੱਗ ਰਹੀ ਉਹਨੂੰ। ਓਏ ਵੀਰ ਜੀ ਲੋਕਾਈ ਰੈਡੀ ਹੋ ਗਏ, ਦੇਖੋ ਸਾਰੇ ਜਾਣੇ ਇੱਥੇ ਖੜੇ ਆ, ਆਪਾਂ ਕਾਰ ਦਾ ਵੇਟ ਕਰ ਰਹੇ ਹਾਂ। ਮਾਸੜ ਜੀ ਵੀ ਰੈਡੀ ਹੋ ਚੁੱਕੇ ਨੇ, ਆਜੂ ਰੈਡੀ, ਕਿਆ ਬਾਤ ਹੈ। ਹੋ ਦੇਖੋ, ਹਾਂ ਸੇਮ ਮੈਚਿੰਗ ਅੱਜ ਦੇਖੋ ਹੈ ਨਾ, ਮਾਸੀ ਦੀ ਮੈਚਿੰਗ ਹੋਈ ਹੈ ਰਾਖੀ ਨਾਲ, ਮੰਮੀ ਦੀ ਮੈਚਿੰਗ ਹੋਈ ਹੈ ਭਾਬੀ ਨਾਲ, ਹਾਂ ਰਾਧਿਆ ਨਾਲ ਵੀ ਮੈਚਿੰਗ ਹੈ, ਅਤੇ ਮੇਰੀ ਅਤੇ ਵੀਰ ਜੀ ਦੀ ਅਤੇ ਵਿਸ਼ਨੂੰ ਦੀ ਮੈਚਿੰਗ ਹੈ। ਮਾਸ ਹਾਂ ਮਾਸੜ ਜੀ ਦੀ ਵੀਰ ਜੀ ਨਾਲ ਹੈ, ਅੰਕੂ ਦੀ ਪਤਾ ਨਹੀਂ ਕਿਹਦੇ ਨਾਲ ਹੈ, ਸ੍ਰਿਸ਼ਟੀ ਨਾਲ। ਅੰਕੂ ਨੂੰ ਰੈਡੀ ਹੋ ਗਿਆ ਸੀ ਨਾ ਕੇ। ਚਲੋ ਗਾਈਸ ਗਾਈਸ ਫਾਈਨਲੀ ਆਪਾਂ ਪਹੁੰਚ ਗਏ, ਦੇਖੋ ਜੀ ਸ਼੍ਰੀ ਬਾਬਾ ਕੋਟੇਸ਼ਵਰ ਮੰਦਿਰ, ਕਰੋ ਦਰਸ਼ਨ ਭੋਲੇਨਾਥ ਜੀ ਦੇ। ਕਿੱਡੀ ਵੱਡੀ ਪ੍ਰਤਿਮਾ ਲੱਗੀ ਹੋਈ ਹੈ, ਨਜ਼ਾਰੇਦਾਰ। ਕਿਆ ਬਾਤ ਹੈ ਗਾਈਸ, ਕਿੱਡਾ ਵੱਡਾ ਦੇਖੋ, ਇਹ ਟੱਲ ਲੱਗਿਆ ਹੋਇਆ ਦੇਖੋ, ਫੈਮਿਲੀ ਵਾਲੇ ਸਾਰੇ ਇੱਥੇ ਬੈਠੇ ਨੇ। ਚੱਲਦੇ ਹਾਂ ਅੰਦਰ ਦਰਸ਼ਨ ਕਰਕੇ ਆਉਂਦੇ ਹਾਂ। ਦੇਖੋ ਗਾਈਸ ਹੁਣ ਆਪਾਂ ਕਰਾਂਗੇ ਐਂਟਰੀ, ਮੈਂ ਅਤੇ ਰਾਖੀ। ਇਹਨੂੰ ਵਜਾ ਦਾਂ ਟੱਲ ਨੂੰ? ਜੈ ਭੋਲੇਨਾਥ, ਤੁਹਾਡੀ ਸਦਾ ਹੀ ਜੈ। ਚੱਲਦੇ ਹਾਂ, ਹਾਂ ਚੱਲੀਏ, ਪਹਿਲਾਂ ਮੱਥਾ ਟੇਕ ਲਈਏ, ਇੱਥੋਂ ਵੀਡੀਓ ਸ਼ੂਟ ਕਰ ਸਕਦੇ ਆਪਾਂ। ਸੀੜੀਆਂ ਸਾਡੇ ਅੱਜ ਦੇ ਦੇਖੋ ਹੋ ਸਾਈਂ ਮੰਦਿਰ ਆ ਗਿਆ। ਇੱਧਰ ਆ ਗਏ ਜੀ ਆਪਣੇ ਭੋਲੇਨਾਥ ਜੀ, ਜੈ ਬਾਬਾ ਜੀ, ਤੁਹਾਡੀ ਸਦਾ ਹੀ ਜੈ। ਪੁਰਾਣਾ ਮੰਦਿਰ ਹੈ ਔਰ ਯਹਾਂ ਕੀ ਹਿਸਟਰੀ ਇਹ ਹੈ ਕਿ ਮਾਈਨ ਵਰਕਰਸ ਜੋ ਥੇ ਇਸ ਇਲਾਕੇ ਕੇ ਵੋ ਗੋਤੇ ਗੋਤੇ ਉਨਕੋ ਇੱਕ ਸ਼ਿਵਲਿੰਗ ਮਿਲੇ ਜਿਨਕੇ ਅਰਾਊਂਡ 12 ਛੋਟੇ ਛੋਟੇ ਪੱਥਰ ਜੈਸੇ ਰਾਊਂਡ ਫਿਗਰਸ ਮੇਂ ਬਨੇ ਹੋਏ ਥੇ ਵੋ ਪੂਰਾ ਆਈਡਲ ਕੋ ਉਹ ਸ਼ਿਵ ਜੀ ਕੀ ਤਰ੍ਹਾਂ ਮਾਨ ਕੇ ਪ੍ਰਾਰਥਨਾ ਕਰਨੇ ਲੱਗੇ ਤੋ ਸ਼ਿਵਲਿੰਗ ਸਵੈਮ ਹੋਏ ਯਹਾਂ ਕੇ ਔਰ ਇਹ ਇਵੈਂਚੁਅਲੀ ਜਬ ਆਰਮੀ ਇਧਰ ਆਈ
तो उन लोगों ने फिर ये मंदिर बनाया छोटे स्तर पे, और जब जब नई नई बटालियन आती रही इधर तो बड़ा बड़ा मंदिर बनते गया। अब पिछले साल ही इधर ये जो शिव बड़े शिव जी बनाए हैं इस मंदिरा में, वो उनका शिवरात्रि पे उद्घाटन हुआ था और हमें मौका मिला था इनके सामने प्रस्तुति करने का। तो ये बड़ा बड़ा मतलब यहाँ का बहुत पावरफुल मंदिर है, कोटेश्वर, कोटि ईश्वर, हजार लोगों के ईश्वर, कोटि मतलब करोड़, हाँ करोड़ लोगों के ईश्वर, बड़ा सुंदर मंदिर है। चलो अंदर चलते हैं आप। ओके चलो जी अंदर चलिए। वो गाइस ये मंदिर है जी, चलो गाइस मैं मत्था टेकता। बैठ गए बाकी चढ़ा रहे हैं। हर महादेव हरी खड़े है, चलिए उधर आ जाओ, चलिए फिर नहीं रहा होगा ज्यादा। आरती भी प्यारी बोल रही है, आ जाओ देखो इधर मंदिर बने, बहुत बड़ा मंदिर बनया हुआ है। हनुमान महाराज आपकी सदा ही जय। वो देखो भी और उधर देखते फिरते हैं, इधर की है की इधर जंगल है पूरा, एकदम पूरा जंगल, ये सारा मिलिट्री एरिया दा एरिया। हाँ जी पहुंचा नहीं, इधर सारा मिलिट्री एरिया है। जय कृष्ण भगवान जिस जहाँ मेरे लड्डू के पास मेरे को तुलसी दीवे जलाए गए हैं, केले जलाए हुए हैं, दिया जलाया हुआ है। ਇੱਥੇ ਗੱਲ ਹੋਰ ਨੋਟ ਕਰੀ, ਇੱਥੇ ਜਿੰਨੇ ਵੀ ਇਹਦੀ ਚਾਰ ਦੀਵਾਰੀ ਆ ਉਹਦੇ ਨਾਲ ਨਾ ਸਾਰੇ ਕਿਤੇ ਘੰਟੀਆਂ ਲੱਗੀਆਂ ਹੋਈਆਂ ਨੇ। ਦੇਖੋ ਸਾਰੀ ਦੀਵਾਰ ਸਾਈਡ ਤੇ ਸਾਰੀਆਂ ਦੀਵਾਰਾਂ 'ਤੇ ਘੰਟੀਆਂ ਲੱਗੀਆਂ, ਮੈਨੂੰ ਜਿਹਨਾਂ ਦੀ ਇੱਥੇ ਵਿਸ਼ੂ ਪੂਰੀ ਹੁੰਦੀ ਉਹ ਘੰਟੀਆਂ ਚੜ੍ਹਾ ਜਾਂਦੇ ਨੇ ਜਿੱਥੇ ਤੱਕ ਮੈਨੂੰ ਲੱਗਦਾ। ਇਹ ਨਵਗ੍ਰਹਿ ਮੰਦਿਰ ਹੈ, ਇਹ ਦੇਖੋ ਇੱਧਰ, ਇਹ ਸ਼ਾਇਦ ਸ਼ਾਇਦ ਦੂਸਰੀ ਸਾਈਡ ਦੀ ਹੈ ਦੁਰਗਾ ਮੰਦਿਰ। ਜੈ ਹੋ ਮਾਂ ਆਪਕੀ ਸਦਾ ਹੀ ਜੈ, ਪ੍ਰਭੂ ਦੇਖੋ
ਤੁਹਾਨੂੰ ਮੈਂ ਕਿਹਾ ਸੀ ਨਾ ਘੰਟੀਆਂ ਲੱਗੀਆਂ ਹੋਈਆਂ, ਇੰਨੀਆਂ ਘੰਟੀਆਂ ਚੜੀਆਂ ਹੋਈਆਂ ਨੇ, ਤੁਸੀਂ ਦੇਖ ਦੇਖ ਕੇ ਥੱਕ ਜਾਓਗੇ। ਜਦੋਂ ਇੱਥੇ ਹਵਾ ਚੱਲਦੀ ਹੋਊਗੀ ਨਾ, ਜਦੋਂ ਇਹ ਐਵੇਂ ਕਰਦੀਆਂ ਹੋਣ, ਅੱਛਾ ਲੱਗਦਾ ਹੋਊਗਾ, ਅੱਛਾ ਲੱਗ ਰਿਹਾ ਨਾ ਗਾਈਸ, ਬਹੁਤ ਅੱਛਾ ਲੱਗ ਰਿਹਾ ਸੀ। ਅੱਗੇ ਜਾ ਕੇ ਦੇਖ ਰਹੇ ਅੰਦਰ ਗੁਫਾ ਬਣੀ ਹੋਈ ਆ ਉੱਥੇ, ਹਿਮ ਸ਼ਿਵ। ਚਲੋ ਜੀ, ਔਰੇ ਤਾਂ ਗਏ ਅੱਗੇ ਦੀਦੀ ਹੋਰੇ, ਮੈਂ ਔਰ ਵਿਸ਼ਨੂੰ ਪਿੱਛੇ ਆ, ਤੇ ਚਲੋ ਆਪਾਂ ਦਿਖਾਉਂਦੇ ਹਾਂ। ਇਹ ਹਜੇ ਪਿੱਛੇ ਨੇ, ਲਾਈਟ ਚੱਲ ਨਹੀਂ ਰਹੀ, ਉੱਥੇ ਅੰਦਰ ਟੋਰਚ ਸੀਗਾ। ਗੁਫਾ ਦੇ ਵਿੱਚੋਂ ਬਾਹਰ ਉਹਦੇ ਅੰਦਰ ਵੀ ਰਸਤਾ ਹੈ, ਅੰਦਰ ਉਹਦੇ ਬਾਹਰ ਉਸ ਸਾਈਡ ਨਿਕਲ ਕੇ ਸਾਰੇ ਜੰਗਲ ਜੰਗਲ ਹੈ ਇੱਧਰ। ਜਦੋਂ ਅਸੀਂ ਆਏ ਸੀ ਉਦੋਂ ਥੋੜਾ ਮਤਲਬ ਚਾਨਣ ਜਿਹਾ ਸੀ, ਸਾਰੀ ਸਾਈਡ ਤੇ ਪੂਰਾ ਜੰਗਲ, ਐਵੇਂ ਪਹਾੜ ਬਣੇ ਹੋਏ ਆ, ਐਵੇਂ ਲੱਗਦਾ ਜਿਵੇਂ ਜੰਗਲ 'ਚ ਆ ਕੇ ਬਣੇ ਆ। ਜਿਹੜਾ ਇਹ ਏਰੀਆ ਨਾ ਇੱਥੇ ਦੇਖੋ, ਇੱਧਰ ਵੀ ਪੂਰਾ ਵੱਡਾ ਬਣਿਆ, ਇੱਥੇ ਵੀ ਘੰਟੀਆਂ ਲੱਗੀਆਂ, ਪੇੜ ਤੇ ਵੀ ਘੰਟੀਆਂ ਲੱਗੀਆਂ ਹੋਈਆਂ, ਬੰਨੀਆਂ ਹੋਈਆਂ ਇੰਨੀਆਂ। ਇਹ ਦੇਖੋ ਅੱਛਾ ਲੱਗ ਰਿਹਾ ਪੂਰਾ। ਇੱਧਰ ਇੱਧਰ ਦੱਸ ਰਹੇ ਸੀ ਮੰਦਿਰ, ਚਲੋ ਕਰਦੇ ਹਾਂ ਆਪਾਂ ਦਰਸ਼ਨ। ਇੱਧਰ ਜੋਤ ਚੱਲ ਰਹੀ ਹੈ, ਜੋਤ ਜਗੀ ਜਾਂਦੀ ਹੈ। ਹਾਂ, ਨਾਗ ਮੰਦਿਰ ਦੇਖੋ ਗਾਈਸ, ਦੇਖੋ ਤੁਹਾਨੂੰ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਦਿਖਾ ਰਹੇ ਆਪਾਂ। ਜਹੋ ਜਹੋ ਮੇਰੇ ਪ੍ਰਭੂ, ਇੱਥੇ ਜਗ੍ਹਾ ਵੀ ਬਣੀ ਹੋਈ ਹੈ ਦੇਖੋ ਅੰਦਰ। ਡਰ ਵੀ ਲੱਗ ਰਿਹਾ ਕੁਛ, ਹਨੇਰਾ। ਹਾਂ ਰਸਤਾ ਨਿਕਲੇ ਸੀ, ਨਹੀਂ ਦੀਦੀ ਬੰਦ ਹੈ, ਮੰਮੀ ਨੇ ਤਾਂ ਕਿਹਾ ਨਿਕਲੇ, ਨਹੀਂ ਨਹੀਂ ਬੰਦ ਹੈ ਦੀਦੀ, ਬੰਦ ਹੈ ਬੰਦ ਹੈ। ਉਹ ਵੈਸੇ ਚਲੋ ਚਲੀ ਗਈ, ਤੁਸੀਂ ਆ ਗਏ, ਇੱਧਰ ਵੀ ਮੱਥਾ ਟੇਕਿਆ, ਉੱਧਰ ਵੀ ਹੈ ਨਾਗਦੇਵ ਦਾ ਮੰਦਿਰ ਇੱਧਰ। ਅੱਛਾ ਜਾਓ, ਜੈ ਕਰੋ ਜੈ। ਉਹ ਸ਼ਿਸ਼ੀ ਕੀ ਦੱਸ ਰਹੀ ਸੀ ਉੱਥੇ ਮਿਲਖਾ ਸਿੰਘ ਨੇ ਕੀ ਕਰਿਆ, ਜਿਹੜੇ ਅਸਲੀਅਲ ਮਿਲਖਾ ਸਿੰਘ ਸਿੰਘ ਸੀ, ਜਿਹੜਾ ਇਹ ਸਾਰਾ ਏਰੀਆ, ਇਹ ਸਾਰਾ ਮਿਲਟਰੀ ਦਾ ਏਰੀਆ, ਅਤੇ ਇੱਥੇ ਜ਼ਿਆਦਾਤਰ ਮਤਲਬ ਮਿਲਟਰੀ ਵਾਲੇ ਨੇ, ਅਤੇ ਕੁਛ ਬੰਦਿਆਂ ਨੂੰ ਹੀ ਅਲਾਊਡ ਕਰਦੇ ਨੇ ਹੈ ਨਾ, 6 ਵਜੇ ਤੱਕ ਜਿਹੜੇ ਨੋਰਮਲ ਬਾਹਰਲੇ ਪੀਪਲ ਨੇ ਉਹ ਆ ਸਕਦੇ ਨੇ, ਅਤੇ ਉਸ ਤੋਂ ਬਾਅਦ ਇਹ ਸਾਰੇ ਮਿਲਟਰੀ ਵਾਲੇ ਹੀ ਰਹਿੰਦੇ ਨੇ ਇੱਥੇ। ਅਤੇ ਦੇਖੋ ਪਰ ਅਸੀਂ ਲੱਕੀ ਹਾਂ, ਅਸੀਂ ਆਰਤੀ ਕਰਨ ਲਈ ਰੁਕੇ ਹੋਏ ਹਾਂ, ਕਿਉਂਕਿ 6 ਵਜੇ ਬਾਹਰਲੇ ਲੋਕਾਂ ਲਈ ਗੇਟ ਬੰਦ ਕਰ ਦਿੰਦੇ ਨੇ, ਕਿਉਂਕਿ ਮਿਲਟਰੀ ਦੇ ਹੀ ਲੋਕ ਬਹੁਤ ਜ਼ਿਆਦਾ ਨੇ, ਇਸ ਕਰਕੇ ਉਹ ਸਾਰੇ ਰਲ ਕੇ ਆਰਤੀ ਕਰਦੇ ਨੇ ਇੱਥੇ। ਹਾਂ ਦਿਖਾਈਆਂ ਬਹੁਤ ਸਾਰੀ ਤਰਫ ਬੰਦੀਆਂ ਹੋਈਆਂ, ਮੈਨੂੰ ਬੜਾ ਅੱਛਾ ਲੱਗ ਰਿਹਾ ਇਹਨਾਂ ਨੂੰ ਐਵੇਂ ਕਰਨਾ। ਇਹ ਦੇਖੋ ਜੋ ਵੀ ਕਿਸੇ ਦੀ ਮੰਨਤਾ ਪੂਰੀ ਹੁੰਦੀ ਟੱਲੀ ਚੜਾ ਕੇ ਆਉਂਦਾ ਹੈਗਾ, ਹੈ ਨਾ।
ਮੈਨੂੰ ਜਿਸ ਤੱਕ ਮੈਨੂੰ ਲੱਗਦਾ ਦੇਖੋ ਇੰਨੀਆਂ ਡੱਲੀਆਂ ਵੈਸੇ ਬੰਦੀਆਂ ਨਹੀਂ ਹੁੰਦੀਆਂ ਕਿਤੇ ਵੀ ਜਿੱਥੇ ਜ਼ਿਆਦਾ ਵਿਸ਼ ਪੂਰੀ ਇੰਨੀਆਂ ਲੱਗਣ। ਹਾਂ ਮੈਂ ਬਹੁਤ ਦਿਖਾਤੀ ਹਾਂ ਸਾਰੀਆਂ। ਉੱਧਰ ਵੀ ਮੰਦਿਰ ਬਣਿਆ ਹੋਇਆ ਉੱਥੇ ਗੁਫਾ 'ਚ ਉੱਥੇ। ਹਾਂ ਜਾਣਾ ਤੁਸੀਂ? ਚਲੋ ਜਾਹੋ ਦੇਖੋ। ਚੱਲੇ ਚਲੋ ਹੁਣ ਮੈਂ ਇਹਨਾਂ ਨਾਲ ਦੁਬਾਰਾ ਚੱਲਦੀ ਹਾਂ ਉੱਥੇ ਮੰਦਿਰ 'ਚ। ਗਾਈਸ ਇੱਥੇ ਨਾ ਇੰਨੀ ਠੰਡੀ ਹਵਾ ਚੱਲ ਰਹੀ ਹੈ, ਇਹ ਬੜਾ ਮਜ਼ਾ ਆ ਰਿਹਾ, ਪੂਰਾ ਆਨੰਦ ਆ ਰਿਹਾ ਇੱਥੇ ਆ ਕੇ, ਅੱਛਾ ਲੱਗ ਰਿਹਾ। ਨਹੀਂ ਮੈਂ ਐਵੇਂ ਬੋਲਦੀ ਹਾਂ, ਮੈਨੂੰ ਐਵੇਂ ਅੱਛਾ ਲੱਗਦਾ ਬੋਲਣਾ, ਫਿਰ ਮੈਥੋਂ ਬੋਲਿਆ ਨਹੀਂ ਜਾਂਦਾ। ਜਦੋਂ ਮੈਂ ਕੈਮਰਾ ਆਪਣੇ ਨਾਲ ਕਰ ਲੈਂਦੀ ਹਾਂ ਨਾ, ਐਵੇਂ ਮੈਥੋਂ ਬੋਲਿਆ ਨਹੀਂ ਜਾਂਦਾ, ਫਿਰ ਮੈਂ ਸੋਚੀ ਜਾਂਦੀ ਹਾਂ ਕੀ ਬੋਲਣਾ। ਐਵੇਂ ਮੈਂ ਬੇਝਿਜਕ ਹੋ ਕੇ ਬੋਲੀ ਜਾਂਦੀ ਹਾਂ, ਜੋ ਮਰਜ਼ੀ ਜੋ ਮੇਰਾ ਦਿਲ ਕਹਿੰਦਾ ਮੈਂ ਉਹ ਬੋਲੀ ਗਈ ਹਾਂ। ਦੇਖੋ ਪਹਿਲਾਂ ਬਹੁਤ ਲੋਕ ਤੁਰੇ ਫਿਰਦੇ ਸੀ ਇੱਥੇ ਜਦੋਂ ਅਸੀਂ ਆਏ, ਅਤੇ ਹੁਣ ਸਾਰੇ ਚਲੇ ਗਏ, ਮੋਸਟਲੀ ਆਰਮੀ ਅਤੇ ਰਹਿ ਗਏ ਜੋ ਉਹ ਹੀ ਨੇ ਲੱਗਦਾ। ਸ਼ਾਇਦ ਆਰਤੀ ਸਟਾਰਟ ਹੋ ਗਈ, ਅਤੇ ਆਪਾਂ ਅੰਦਰ ਚੱਲਦੇ ਹਾਂ ਹੁਣ, ਭੱਜ ਕੇ ਪੌੜੀਆਂ ਚੜ੍ਹੀਏ ਜਲਦੀ ਜਲਦੀ। ਚਲੋ ਲੱਗ ਗਈ ਹੁਣ ਆ। ਦੇਖੋ ਗਾਈਸ ਹੁਣ ਸਾਡੇ ਗੁੱਗੂ ਜਿਹੜੀ ਟੱਲ ਵਜਾਊਗੀ। ਗਾਈਜ਼ ਇਹ ਹੈਗੀ ਜੀ ਆਪਣੀ ਹਿਸਟਰੀ ਮੰਦਿਰ ਦੀ, ਦੇਖੋ ਤੁਸੀਂ ਪੜ੍ਹ ਸਕਦੇ ਹੋ।